ਸ਼ਾਕੁਟ ਦੇ ਨਾਲ ਲੱਗਦੇ ਪਿੰਡ ਸਾਰੰਗਵਾਲ ਚ ਇੱਕ ਘਰ ਦੇ ਕਮਰੇ ਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗਣ ਦੇ ਨਾਲ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਘਰ ਦੇ ਮਾਲਕ ਸੁੱਚਾ ਰਾਮ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਚ ਅਚਾਨਕ ਅੱਗ ਲੱਗ ਗਈ, ਜਿਸ ਦੌਰਾਨ ਸਾਰਾ ਸਮਾਨ ਸੜ ਚੁੱਕਿਆ ਅਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੇ ਇਸ ਅੱਗ ਤੇ ਕਾਬੂ ਪਾਇਆ। ਬਾਅਦ ਦੇ ਵਿੱਚ ਸਾਰੇ ਪਿੰਡ ਨੇ ਇਕੱਠੇ ਹੋ ਕੇ ਅਤੇ ਉਹਨੂੰ ਉਹ 'ਤੇ ਕਾਬੂ ਪਾਇਆ ਅਤੇ ਬਾਕੀ ਪੁਲਿਸ ਵਾਲਿਆਂ ਦੇ ਸੰਯੋਗ ਨਾਲ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਉਹਨਾਂ ਦੇ ਸੰਯੋਗ ਨਾਲ ਮਤਲਬ ਅੱਗ ਬੁਝਾਈ ਗਈ। ਬਾਕੀ ਸਾਰਾ ਹੀ ਕਮਰਾ ਜਿੰਨਾ ਵੀ ਸੀ ਸਾਰਾ ਸੜ ਕੇ ਸਵਾਹ ਹੋ ਗਿਆ ਅਤੇ ਬਾਕੀ ਜੋ ਗਾਰਡਰ ਗੂਡਰ ਵੀ ਕੋਈ ਰਹਿਣ ਦੇ ਕਾਬਲ ਨਹੀਂ ਰਿਹਾ। ਬਾਕੀ ਜੋ ਵੀ ਸੀਗਾ ਸਮਾਨ ਘਰ ਦਾ, ਪੱਖਾ ਵੀ ਅਤੇ ਫਰਿੱਜ ਵੀ ਅਤੇ ਜੋ ਸਾਰਾ ਕੂਲਰ ਕਾਲਰ ਸਭ ਜੀ ਇਹ ਸੜ ਕੇ ਸਵਾਹ ਹੋ ਗਿਆ। ਸਰ ਅੱਗ ਲੱਗੀ ਕਾਰਨ? ਅੱਗ ਲੱਗਣ ਦਾ ਕਾਰਨ ਇਹ ਜੀ ਕੋਈ ਬਿਜਲੀ ਸ਼ਾਰਟ ਹੋਣ ਦੇ ਕਾਰਨ। ਨੁਕਸਾਨ ਕਿੰਨਾ ਹੋ ਗਿਆ ਜੀ? ਨੁਕਸਾਨ ਤਾਂ ਸਾਰਾ ਮਕਾਨ ਦਾ ਅਤੇ ਵਿੱਚੇ ਸਾਰਾ ਜੋ ਸਮਾਨ ਘਰਾਂ ਦੀ ਵਰਤੋਂ ਵਾਲਾ ਸਾਰਾ ਸੜ ਕੇ ਸਵਾਹ ਹੋ ਗਿਆ। ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਹਾਂ ਵੀ ਇਸ ਨੂੰ ਗਰੀਬ ਬੰਦਾ, ਮਿਹਨਤੀ ਬੰਦਾ, ਇਹਨੂੰ ਕੋਈ ਮੁਆਵਜ਼ਾ ਗੌਰਮੈਂਟ ਵੱਲੋਂ ਦਿੱਤਾ ਜਾਵੇ। ਇਸ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਪੁਲਿਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚੀ ਅਤੇ ASI ਗੁਰਜੀਤ ਸਿੰਘ ਮੁਤਾਬਕ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਹੈ। ਗੁਰਮੀਤ ਸਿੰਘ ਡਿਊਟੀ ਅਫਸਰ ਥਾਣਾ ਮੌਜੂਦ ਸੀ, ਜੋ ਕਿ ਮੈਨੂੰ ਮੁਨਸ਼ੀ ਨੇ ਅਤੇ ਮੇਰੇ DSP ਸਾਹਿਬ ਬਹਾਦਰ ਨੇ ਫੋਨ ਕੀਤਾ ਕਿ ਸਾਰੰਗਵਾਲ ਪਿੰਡ ਅੱਗ ਲੱਗੀ, ਮੌਕੇ 'ਤੇ ਜਾ ਕੇ ਦੇਖ। ਸਮੇਤ ਫੋਰਸ ਲੈ ਕੇ ਮੈਂ ਥਾਣੇ 'ਚ ਚੱਲਿਆ, ਜਦੋਂ ਆ ਕੇ ਦੇਖਿਆ ਸੁੱਚਾ ਰਾਮ ਸਨ ਆਫ ਕਰਨੈਲ ਉਹਨਾਂ ਦਾ ਘਰ ਅੱਗ ਲੱਗੀ ਸੀ ਅਤੇ ਪਿੰਡ ਵਾਲੇ ਲੋਕ ਆਂਢੀ ਗੁਆਂਢੀ ਕਾਫੀ ਕਾਬੂ ਪਾ ਰਹੇ। ਮੈਂ ਵੀ ਜਿੰਨੀ ਹਿੰਮਤ ਲੱਗੀ ਨਾਲ ਆ ਕੇ ਇੰਤਜ਼ਾਮ ਪਾਣੀ ਦਾ ਕਰਕੇ ਬੁਝਾਈ ਅਤੇ ਉਹਦਾ ਸਮਾਨ ਜਿਹੜਾ ਤਕਰੀਬਨ ਸਾਰਾ ਸੜ ਗਿਆ। ਦੋ ਖਣ ਉਹ ਵੀ ਢਹਿ ਗਏ, ਦੋ ਜਿਹੜੇ ਸੀ ਖਣ, ਚਾਰ ਖਣ ਦਾ ਕਮਰਾ ਸੀ ਉਹ ਵੀ ਰਹਿਣ ਯੋਗ ਨਹੀਂ ਰਿਹਾ। ਸਮਾਨ ਸਾਰਾ TV ਫਰਿੱਜ ਜੋ ਵੀ, ਇਹ ਸ਼ੱਕ ਲੱਗਦੀ ਹੈ ਕਿ ਤਾਰਾਂ ਜੁੜ ਕੇ ਸਪਾਰਨ ਕਰਕੇ ਅੱਗ ਲੱਗੀ ਹੈ। ਸਵੇਰੇ ਕੋਈ 9-9:30 ਵਜੇ ਉਹਨਾਂ ਦੇਖਿਆ ਅਤੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਲਾਟਾਂ ਬਲ ਰਹੀਆਂ ਅਤੇ ਸਾਰਾ ਸਮਾਨ ਸੜ ਗਿਆ ਜੀ। ਮੌਕੇ 'ਤੇ ਰਬਟ ਪਾ ਦਿੱਤੀ ਹੈ, ਅੱਗੇ ਅਫਸਰਾਂ ਨੂੰ ਦੱਸ ਕੇ ਜੋ ਮੌਕੇ ਦੀ ਕਾਰਵਾਈ ਬਣਦੀ ਕਰ ਦਿੱਤੀ ਜਾਵੇਗੀ। ਬਹਿਰਹਾਲ ਪੁਲਿਸ ਵੱਲੋਂ ਅੱਗ ਦੀ ਭੇਟ ਚੜ੍ਹੇ ਸਮਾਨ ਦੀ ਲਿਸਟ ਬਣਾ ਕੇ ਭੇਜ ਦਿੱਤੀ ਗਈ ਹੈ। ਸ਼ਾਕੁਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ-ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93-978-93-978।